ये तो सुधरा मॉडल हुआ ना ये वाला। हाँ ये सुधरा है। जी एच एम बी एच एम बी ने दोनों ही तो ये कितों की सी कंपनी इंग्लैंड की। ऑटोमैटिक सुई इन्हें चकनी है। तकनीक वही है ये इलेक्ट्रॉनिक एडेड है। उस जमाने जी ये मैं सन 84-85 च बनाए थे काफी दिन तैयार हो 15-20 दिन लग जाते इन कह जाता जी नागरा। अच्छा। अज भी तुसी नागरा करके फाइंड करोगे ना नेट तो नागरा टेप मिलेगी। बेसिकली मूवी बनाने के सब तो बड़ा रोल रहा हूँ भी वरती जाने हूँ डिजिटल चल दया ने। अच्छा हाँ ये क्योंकि जी स्पीड है बड़ी स्टैंडर्ड होंगी है उत्थे जो गाने बजते थे नाले बजाए जाते चलता है चला लो नहीं चला लागे आके स्मैल देखोगे ना पता लगू बहुत पुरानी है। जिवें आपां किसे म्यूजियम दे विच जांदे हुंदे उत्थे मतलब बहुत पुरानी हो गई ना चीज़ ये हुण भी ये वर्किंग कंडीशन च है। मैं एक मिनट तुहानूं उधरले पासे दिखाउणा किन्ने रिकॉर्ड इहदे विच 10 रिकॉर्ड पैंदे ने हुण इहदे विच 2 रहि गए स्पीकर ट्रैक ने अंदर अंदर चलते चले जाने क्योंकि एक बार रिकॉर्ड पाते 10 रिकॉर्ड इकट्ठे चला लेंगे पर एक हमने वापस आ जाने उन्हें अगे दोबारा होल्ड कर लिया रिकॉर्ड। अच्छा दूजा सेट हूँ दूजा सेट इस तरह जो 10 पे
ਇਹ ਸੈਂਸ ਕਰਦਾ ਵੀ ਰਿਕਾਰਡ ਕਿਸ ਪੋਜੀਸ਼ਨ 'ਚ ਹੈ। ਦੇਖੋ ਉਹਨਾਂ ਨੇ ਬੱਸ ਉੱਥੇ ਚਲੀ ਗਈ ਨੇ, ਲਾਸਟ 'ਤੇ ਸੂਈ ਚਲੀ ਗਈ, ਟਰੈਕ ਥੋੜ੍ਹਾ ਫਸ ਕੇ ਖੜ ਕੇ ਕਈ ਵਾਰੀ ਰੁਕ ਜਾਂਦੀ ਹੈ। ਇਹ ਤੁਹਾਨੂੰ ਚਾਲੂ ਹਾਲਤ 'ਚ ਮਿਲਿਆ ਸੀ? ਨਾ ਜੀ ਨਾ, ਉਹ ਵਾਪਸ ਆ ਗਿਆ। ਉਹਨੇ ਮਕੈਨਿਜ਼ਮ ਨੇ ਚੈੱਕ ਕੀਤਾ ਵੀ ਰਿਕਾਰਡ ਹੈ ਹੀ ਨਹੀਂ, ਉਹ ਲੀਵਰ ਦੇ ਨਾਲ ਜਾ ਲੱਗਿਆ, ਇਹਦਾ ਮਤਲਬ ਰਿਕਾਰਡ ਇੱਥੇ ਨਹੀਂ ਹੈਗਾ। ਅਗਲਾ ਰਿਕਾਰਡ ਹੈ ਜੀ ਸਟੇਸ਼ਨ ਦਾ। ਇਹਦੇ 'ਚ ਬਹੁਤ ਹਲਕੀ ਜਿਹੀ ਲਾਈਟ ਆ, ਤੁਸੀਂ ਦੇਖੋਗੇ ਗ੍ਰੀਨ ਕਲਰ ਦੀ ਲਾਈਟ ਦਿਖ ਰਹੀ ਹੈ। ਇਹ ਜਦੋਂ ਰੇਡੀਓ ਟਿਊਨ ਹੁੰਦਾ ਤਾਂ ਇਹ ਇਕੱਠੀ ਹੋ ਜਾਂਦੀ ਇੱਕ ਜਗ੍ਹਾ 'ਤੇ। ਅੱਛਾ ਜੀ, ਇਹ ਤੁਸੀਂ ਉੱਧਰ ਚਲੋ ਨਾ, ਆਫਿਸ 'ਚ ਹੈਗਾ ਇਹਦੇ ਨਾਲ ਦਾ ਰੇਡੀਓ, ਸੋ ਉੱਥੇ ਦਾ ਇਹ ਦੋ ਚੀਜ਼ਾਂ ਦਾ, ਇੱਕ ਤਾਂ ਰਿਕਾਰਡ ਉਹ ਸੀ ਹੈ ਨਾ ਜੀ, ਅਤੇ ਇੱਕ ਰੇਡੀਓ 'ਚ ਇੱਕ ਰੇਡੀਓ, ਦੋਨੋਂ ਚੀਜ਼ਾਂ ਇਸ ਕਰਕੇ ਨਾ ਨੋਏ ਰੇਡੀਓ ਬਰਾਮ ਹੈ। ਅਤੇ ਇਹ ਇਹ ਤਾਂ ਜੀ ਉਦੋਂ ਕਾਫੀ ਮਹਿੰਗੀ ਹੋ, ਕਿਉਂਕਿ ਵੱਡਾ ਕਾਫੀ ਵੱਡਾ ਸੈੱਟ ਆ ਅਤੇ ਆਟੋਮੈਟਿਕ। ਮਹਿੰਗੀ ਤਾਂ ਜੀ ਹੁਣ ਕਿਸੇ ਭਾਅ ਮਿਲਦੀ ਨਹੀਂ, ਹੁਣ ਵੀ ਉਦੋਂ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਸੀ। ਇਹ ਇੱਥੇ ਅਸਲ ਵਿੱਚ ਪੂਰੀ ਹਿਸਟਰੀ ਲੱਗੀ ਹੋਈ ਹੈ। ਇਹ ਇਹਦੀ ਹਿਸਟਰੀ ਦੇ ਬਾਰੇ ਮੈਂ ਥੋੜ੍ਹਾ ਉਹੀ ਪੁੱਛਣ ਲੱਗਾ ਜੀ ਤੁਹਾਨੂੰ ਵੀ, ਕੀ ਇਹਦੀ ਹਿਸਟਰੀ ਕੀ ਹੈ ਜੀ? ਹਿਸਟਰੀ ਇਹ ਹੈ ਵੀ ਜਿਹੜੀ 1930 ਦੇ ਵਿੱਚ ਫਰਨੀਚਰ ਦੇ ਰੂਪ 'ਚ ਬਣਨੀ ਸ਼ੁਰੂ ਹੋਈ ਹੈ ਜੀ ਇਹ। ਅੱਛਾ ਜੀ, ਕਿੱਥੇ? ਇੱਥੇ ਹੀ ਇੰਡੀਆ 'ਚ? ਨਾ ਨਾ, ਫੋਰਨ 'ਚ, ਸਾਰੇ ਇੰਗਲੈਂਡ ਹੀ ਬਣੀ ਹੈ। ਅੱਛਾ ਜੀ, ਹਾਂਜੀ ਠੀਕ ਹੈ। ਅਤੇ ਉਸ ਤੋਂ ਬਾਅਦ ਇਹ ਮੇਡ ਇਨ ਇੰਗਲੈਂਡ ਹੀ ਆ? ਇਹ ਮੇਡ ਇਨ ਜ਼ਿਆਦਾਤਰ ਚੀਜ਼ਾਂ ਜੀ ਮੇਡ ਇਨ ਇੰਗਲੈਂਡ ਹੀ ਆਈਆਂ ਹੈ ਨਾ ਜੀ। ਕਾਰਨ ਹੈ ਜੀ, ਅਸੀਂ ਮਜ਼ਦੂਰ ਪੈਦਾ ਕੀਤੇ ਨੇ, ਉਹਨਾਂ ਨੇ ਇੰਜੀਨੀਅਰ ਪੈਦਾ ਕੀਤੇ। ਗੱਲ ਸਹੀ, ਇੱਕੋ ਹੀ ਫਰਕ ਹੈ। ਮਿਸਤਰੀ ਇੱਕ ਹੁੰਦਾ, ਮਜ਼ਦੂਰ 10 ਹੁੰਦੇ ਨੇ, ਇਸੇ ਕਰਕੇ ਸਾਡੀ ਵਰਦੀ ਵੀ ਵਾਧੂ ਹੈ, ਕਿਉਂਕਿ ਪਹਿਲਾਂ ਤਾਂ ਮਜ਼ਦੂਰ ਹੀ ਕਰਦੇ ਨੇ ਨਾ। ਕੁਆਲਿਟੀ 'ਤੇ ਨਹੀਂ ਸਾਡਾ ਧਿਆਨ, ਸਾਡਾ ਕੁਆਂਟਿਟੀ 'ਤੇ ਧਿਆਨ। ਹੁਣ ਵੀ ਕਦੇ ਸਾਡੇ ਪੰਜਾਬੀ, ਕਦੇ ਸਾਡੇ ਜਥੇਦਾਰ ਕਹਿੰਦੇ ਨੇ 20 ਬੱਚੇ ਉਹਦੇ ਕਰਕੇ ਕੀ ਸਮਝਦੇ ਇਹ ਪੜ੍ਹਾਉਣ ਦਾ, ਜਿਹੜੇ ਕਿਤੇ ਹੁਣ ਕਲਾਸ ਲੱਗਦੀ ਹੈ, ਫਿਰ ਬਕਾਇਦਾ ਕੈਲਕੂਲੇਸ਼ਨ ਦੇ ਨਾਲ ਚੱਲਦੀ ਨੇ ਬੱਚੇ ਦੀ। ਠੀਕ ਹੈ। ਮੈਂ ਸਰ ਮੋਰਸ ਕੋਡ ਮਸ਼ੀਨ ਕਰਨੀ ਹੈ। ਮੋਰਸ ਕੋਡ ਤਾਂ ਕੁਛ ਨਹੀਂ।